इस वीडियो में जो भी कहा गया है न्यूज़लाइन चैनल किसी गल की पुष्टि नहीं करता और ना ही साडा मकसद किसी दी भावनावां नूं ठेस पहुंचाउणा है। यह सिर्फ एक खबर है, एक कतीड है कोई सिद्धू मूसे वाली, उन्हें एक नवा गाना कढ़िया है रशियन टैंक। वह कहिंदा जी भी जिहड़ियां संतालियां ते दनालियां ने ओ पता नहीं मतलब लड्डू जे बंदे रखते ने इह जिहा कुछ उहदा उह है बोल ने। सत श्री अकाल जी, न्यूज़लाइन देखने वाले सारे दर्शकों का स्वागत है। आम तौर पर सिद्धू मूसेवाला अपने हिट गाने लिए मशहूर जाने जाता है और उन्होंने अपनी मेहनत के सदका पंजाबी इंडस्ट्री में अपना नाम उच्चा किया है। उन्होंने हर एक गाना एक बार यूट्यूब से ट्रेंडिंग में जरूर जाता है। इस तरह ही होया है इस बार, तकरीबन दो दिन पहला रिलीज़ होया गाना रशियन टैंक यूट्यूब से ट्रेंडिंग नंबर 1 में चल रहा है। जिथे यह गाना ज़्यादा हिट होया उत्थे ही इस गाने विचले शब्दों से इतराज जताने एक व्यक्ति वालों सिद्धू मूसेवाले को काफ़ी कुछ बोलिया गया। यह सब सुन के तुम हैरान रह जाओगे अते तुहानूं एक बार इस गल ते यकीन नहीं आवेगा। वीडियो शुरू करन तों पहलां दस दईए कि जेकर तुसीं इस चैनल ते नवे हो तां सबसक्राइब कर घंटी वाले बटन नूं दबा दिओ तां जो हर नवीं वीडियो दा नोटिफिकेशन तुहाडी मोबाइल स्क्रीन ते सब तों पहलां पहुंच सके। इस दे नाल ही वीडियो नूं पूरी जरूर देखना तां जो तुहानूं चंगी तरह पता लग सके। आओ देखदे हां की है सारी कहानी। ਜੇ ਕੋਈ ਗਾਲ ਕੱਢ ਹੋ ਜਾਵੇ ਤਾਂ ਮੈਂ ਪਹਿਲਾਂ ਹੀ ਮਾਫ਼ੀ ਚਾਹੁੰਦਾ, ਕਿਉਂਕਿ ਬਾਅਦ 'ਚ ਕਹਿਣ ਲੱਗ ਜਾਂਦੇ ਨੇ ਵੀ ਜਿਹੜਾ ਸਿੱਖ ਹੈ ਬੰਦਾ ਉਹ 'ਤੇ ਗਾਲ ਜਿਹੜੀ ਹੈਗੀ ਉਹ ਸੋਭਦੀ ਨਹੀਂ, ਅਤੇ ਪਹਿਲਾਂ ਹੀ ਮੈਂ ਮਾਫ਼ੀ ਮੰਗਦਾ। ਅਤੇ ਇੱਕ ਕਤੀੜ ਹੈ ਕੋਈ ਸਿੱਧੂ ਮੂਸੇ ਵਾਲੀ, ਉਹਨੇ ਇੱਕ ਨਵਾਂ ਗਾਣਾ ਕੱਢਿਆ ਰਸ਼ੀਅਨ ਟੈਂਕ। ਉਹ ਕਹਿੰਦਾ ਜੀ ਵੀ ਜਿਹੜੀਆਂ ਸੰਤਾਲੀਆਂ ਅਤੇ ਦਨਾਲੀਆਂ ਨੇ ਉਹ ਪਤਾ ਨਹੀਂ ਮਤਲਬ ਲੱਡੂ ਜੇ ਬੰਦੇ ਰੱਖਦੇ ਨੇ ਇਹ ਜਿਹਾ ਕੁਛ ਉਹਦਾ ਉਹ ਹੈ ਬੋਲ ਨੇ, ਅਤੇ ਗਾ ਉਹ ਪੰਜਾਬੀ 'ਚ ਰਿਹਾ ਗਾਣਾ। ਅਤੇ ਸਿੱਧੂ ਮੂਸੇਵਾਲੇ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਜਿਹੜੀਆਂ ਸੰਤਾਲੀਆਂ ਨੇ ਉਹ ਤਾਂ ਸਾਡੇ ਬਾਬਿਆਂ ਨੇ, ਉਹ ਤਾਂ ਸ਼ਹੀਦਾਂ ਨੇ ਰੱਖੀਆਂ ਨੇ। ਜਦੋਂ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਸੀ ਉਹ 47 ਆਲਿਆਂ ਨੇ ਆਪਣੇ ਹਿੱਕਾਂ 'ਤੇ ਗੋਲੀਆਂ ਡਾ ਡਾ ਕੇ ਉਹ ਦਰਬਾਰ ਸਾਹਿਬ ਵਾਸਤੇ ਲੜੇ ਨੇ। ਜਦੋਂ ਤੁਹਾਡੇ ਬੁੜੇ ਕੰਜਰੋ ਜਦੋਂ ਤੁਹਾਡੇ ਬੁੜੇ ਘਰਾਂ 'ਚ ਵੜ ਕੇ ਲੁੱਕ ਗਏ ਸੀ ਨਾ, ਉਦੋਂ 47 ਵਾਲਿਆਂ ਨੇ ਗੋਲੀਆਂ ਖਾਧੀਆਂ ਨੇ ਆਪਣੇ ਹਿੱਕਾਂ 'ਚ ਦਰਬਾਰ ਸਾਹਿਬ ਨੂੰ ਬਚਾਉਣ ਵਾਸਤੇ। ਉਹ 47 ਵਾਲੀ ਸੀ ਜਿਹੜੇ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਜਦੋਂ ਚੱਕ ਕੇ ਲੈ ਜਾਂਦੇ ਸੀ ਨਾ, ਜਦੋਂ ਪਿੰਡ ਵਾਲੇ ਸੰਤਾਂ ਕੋਲ ਆਉਂਦੇ ਸੀ ਰੋਂਦੇ ਲੋਕ ਵੀ ਸਾਡੀ ਧੀਆਂ ਭੈਣਾਂ ਚੱਕ ਲੈ ਗਏ ਨੇ, ਉਹ 47 ਵਾਲੀ ਮੋੜ ਕੇ ਲੈ ਕੇ ਆਉਂਦੇ ਹੁੰਦੇ ਸੀ। ਕੰਜਰੋ ਹਰਾਮ ਦਿਓ, ਜਿਹੜੇ ਤੁਹਾਨੂੰ ਅੱਜ ਲੰਡੂ ਲੱਗਦੇ ਨੇ ਨਾ 47 ਵਾਲੇ, ਉਹ ਉਹੀ 47 ਵਾਲੇ ਸੀ। ਉਹ ਉਹੀ 47 ਵਾਲੇ ਸੀ ਜਿਨ੍ਹਾਂ ਨੇ ਕਈ ਕਈ ਘੰਟੇ ਮੁਕਾਬਲੇ ਕੀਤੇ ਨੇ 47 ਦੇ ਦਮ 'ਤੇ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ, ਠੀਕ ਹੈ ਨਾ। ਤੁਸੀਂ 47 ਦੀ ਗੱਲ ਕਰਦੇ ਹੋ, ਸਿੰਘ ਤਾਂ ਅੱਜ ਕੱਲ੍ਹ ਖੁਰਪਣਿਆਂ ਨਾਲੇ ਬੱਖੀਆਂ ਦੇੜ ਦਿੰਦੇ ਨੇ ਸਾਲੇ। ਉਹ ਤੁਸੀਂ ਕਿਹੜੀਆਂ 47 ਦੀਆਂ, 47 ਤਾਂ ਬਹੁਤ ਦੂਰ ਦੀ ਗੱਲ ਰਹਿ ਗਈ ਹੁਣ, ਠੀਕ ਹੈ ਨਾ। ਜੇ ਤੈਨੂੰ ਹਲੇ ਵੀ ਲੱਗਦਾ ਮੈਂ, ਜੇ ਤੈਨੂੰ ਇੰਨਾ ਹੀ ਹੈ ਨਾ ਵੀ 47 ਵਾਲੇ ਸੀ, ਮੈਂ ਖਾਲੀ ਹੱਥ ਆਊਂਗਾ, ਆਪਣੇ ਪਿਓ ਦਾ ਨਾ ਹੋਊਂਗਾ ਜੇ ਮੈਂ ਨਾ ਆਇਆ, ਅਤੇ ਤੂੰ ਜਿਹੜੇ ਰਸ਼ੀਅਨ ਟੈਂਕ ਵਾਲੇ ਦੀ ਗੱਲ ਕਰਦਾ ਨਾ, ਤੇਰੇ ਯਾਰ ਨੇ ਉਹ ਸਭ ਨੂੰ ਲਿਆਈ, ਮੈਂ ਇਕੱਲਾ ਹੀ ਆਊਂਗਾ। ਹਰਾਮ ਦਿਆ, ਠੀਕ ਹੈ ਨਾ। ਜਿਹੜੇ ਤੈਨੂੰ 47 ਜੇ ਲੱਗਦੇ ਲੰਗੌੜ ਲੱਗਦੀ ਹੈ ਨਾ, ਉਹ 47 ਦੇ ਡਰ ਤੋਂ ਤੁਸੀਂ ਸਾਲੇ ਹੋ, ਤੁਹਾਨੂੰ ਤੁਹਾਡਾ ਮੂੰਹ ਤਾਂ ਨਿਕਲ ਜਾਂਦਾ ਸੀ ਜਦੋਂ ਆਉਂਦੇ ਸੀ। ਅਤੇ ਸਾਰੀਆਂ ਸੰਗਤਾਂ ਨੂੰ ਇਹ ਲੱਗਦਾ ਇਹਦੀ ਸਾਲੇ ਦੀ ਪੂਰੀ ਡਟ ਕੇ ਇਹਦਾ ਵਿਰੋਧ ਕਰੋ ਗਾਣੇ ਦਾ, ਇਹਨੂੰ ਇਹਦੀ ਅਕਾਤ ਯਾਦ ਦਵਾ ਦਿਓ ਇਹਨੂੰ, ਕੁੱਤੇ ਨੂੰ ਜਿਹੜਾ ਇਹ ਕਹਿੰਦਾ ਨਾ 47 ਵਾਲੇ ਆਹ ਸੀ ਉਹ ਸੀ, ਇਹ ਪੂਰਾ ਡਟ ਕੇ। ਮੈਂ ਕਹਿੰਦਾ ਜਿਹੜਾ ਗੱਗ ਦਾ ਵਿਰੋਧ ਕਰਿਆ ਨਾ ਆਪਾਂ, ਗੱਗ ਤੋਂ ਵੀ ਜ਼ਿਆਦਾ ਇਹਦਾ ਵਿਰੋਧ ਕਰੋ ਕਤੀੜ ਦਾ ਸਾਲੀ ਦਾ। ਇਹ 47 ਵਾਲੇ ਸੀ ਜਿਹੜੇ ਆਪਣੇ ਸਿਰਾਂ 'ਤੇ ਪੱਗਾਂ ਰੱਖ ਕੇ ਦੁਬਾਰਾ, ਠੀਕ ਹੈ ਨਾ। ਇਹ 47 ਵਾਲਿਆਂ ਦੇ ਜਿਹੜਾ 47 ਵਾਲਿਆਂ ਦਾ ਬਾਬਾ ਸੀ ਨਾ, ਉਹਦੀ ਯਾਦਗਾਰ ਹੈ ਨਾ ਜਿਹੜੀ, ਉਹ ਦਰਬਾਰ ਸਾਹਿਬ ਬਣੀ ਹੋਈ ਹੈ ਕਤੀੜੇ, ਜਾ ਕੇ ਦੇਖ ਲਈ ਉੱਥੇ।
ਤੇ ਸਭ ਸੰਗਤ ਨੂੰ ਮੇਰੀ ਬੇਨਤੀ ਹੈ ਕਿ ਇਹਦਾ ਜ਼ੋਰਦਾਰ ਵਿਰੋਧ ਕਰਿਆ ਜਾਵੇ। ਇਹ ਮੁੜ ਕੇ ਸਾਲਾ ਇਹੋ ਜਿਹਾ ਗਾਣਾ ਕੱਢਣ ਤੋਂ ਵੀ ਇਹ ਨਾ 100 ਵਾਰ ਸੋਚੇ ਇਹੋ ਜਿਹਾ ਗਾਣਾ ਕੱਢਣ ਤੋਂ। ਇੰਨੀ ਕੁ ਬੇਨਤੀ ਕਰਨੀ ਸੀ, ਮੈਂ ਗੁੱਸੇ 'ਚ ਇੰਨਾ ਭਖਿਆ ਬੈਠਾ ਨਾ, ਇਹਨੂੰ ਹਰਾਮ ਦੇ ਨੂੰ ਜੇ ਇੰਨੀ ਹੈ ਨਾ, ਮੈਂ ਇਕੱਲਾ ਹੀ ਆਊਂਗਾ। ਇਹ ਕਹਿੰਦਾ ਨਾ 47 ਰਸ਼ੀਅਨ ਗ੍ਰਨੇਡ, ਹਰਾਮ ਦਿਆ ਇਕੱਲਾ ਹੀ ਆਊਂਗਾ, ਜੇ ਇੱਕ ਗੁਰੂ ਦਾ ਸਿੱਖ ਆ ਨਾ ਮੈਂ ਇਕੱਲਾ ਹੀ ਆਊਂਗਾ, ਤੂੰ ਆ ਜਾ ਇੱਕ ਵਾਰੀ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ, ਜੇਕਰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ, ਨਹੀਂ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਡਿਸਲਾਈਕ ਕਰ ਦਿਓ ਅਤੇ ਕਮੈਂਟ ਬਾਕਸ ਵਿੱਚ ਆਪਣੇ ਸੁਝਾਅ ਜ਼ਰੂਰ ਦਿਓ। ਇਸ ਦੇ ਨਾਲ ਹੀ ਇਜਾਜ਼ਤ ਦਿਓ, ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਨਾਲ ਹੀ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ, ਜਿਸ ਨਾਲ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੀ ਮੋਬਾਈਲ ਸਕਰੀਨ 'ਤੇ ਸਭ ਤੋਂ ਪਹਿਲਾਂ ਮਿਲ ਸਕੇ। ਤੁਹਾਡਾ ਦਿਨ ਸ਼ੁਭ ਰਹੇ, ਧੰਨਵਾਦ। Thank you.